ਸ਼ਹਿਜ਼ਾਦ ਡੋਗਰ ਦੀ ਡੋਗਰ ਮੁੱਢ ਤੋਂ ਅੱਜ ਸਾਡੇ ਭਾਈ ਮਾਸ਼ਾਅੱਲਾ ਆਏ ਨੇ ਸਾਡੇ ਕੋਲ ਅਕਰਮ ਖਾਨ ਸਾਹਿਬ ਔਰ ਪਿਸ਼ਾਵਰ ਤੋਂ ਆਏ ਨੇ ਗੱਡੀ ਲੈਣ ਵਾਸਤੇ ਔਰ ਵੇਖੋ ਨਾ ਲਾਹੌਰ ਦੇ ਵਿੱਚ ਵੀ ਇਹਨਾਂ ਦੀ ਰਿਹਾਇਸ਼ ਲਾਹੌਰ 'ਚ ਵੀ ਹੈ ਲਾਹੌਰ 'ਚ ਵੀ ਬੜੇ ਸ਼ੋਰੂਮ ਵਾਲੇ ਇਹਨਾਂ ਦੇ ਦੋਸਤ ਹੈ ਨੇ ਲੇਕਿਨ ਬੜੀ ਗੱਲ ਹੈ ਕਿ ਇਹਨਾਂ ਨੂੰ ਇਹਨਾਂ ਨੇ ਕਿਹਾ ਕਿ ਗੱਡੀ ਲੈਣੀ ਅਤੇ ਡੋਗਰ ਮੋਟਰ ਲੈਣੀ ਅਤੇ ਇਸ ਤੋਂ ਇਲਾਵਾ ਨਹੀਂ ਕਿਤੇ ਲੈਣੀ ਪਹਿਲੇ ਵੀ ਲਈ ਪਹਿਲੇ ਵੀ ਲਈ ਦੱਸੋ ਨਾ ਜ਼ਰਾ ਉਹਨਾਂ ਨੂੰ ਡੋਗਰ ਮੋਟਰ ਜੋ ਬਾਈਕਾਂ ਦੀ ਦਾਰਾ ਦਾ ਸਮਾਟ ਉਹ ਇੱਦਾਂ ਮੈਸੇਜ ਦਿੰਦਾ ਪੈਗਾਮ ਦੇ ਜਿੱਦੀ ਸਾਡੀ ਕਾਰ ਰੋਕ ਦੇ ਜਿੱਦੀ ਸਾਡੀ ਦੁਦਰੀ ਇਲਾਨਾ ਦੀ ਹਵਾਵਰੀ ਚਿਕਮ ਕਸ ਕਾਗਜ਼ ਨੂੰ ਡੁਪਲੀਕੇਟ ਹੀ ਡੋਗਰ ਮੋਟਰ ਦੀ ਗਾੜੀ ਅੰਦਰ ਆਵੇ ਜੀ ਕਮ ਗਾੜ ਦੋ ਨੰਬਰ ਹੀ ਡੋਗਰ ਮੋਟਰ ਦੀ ਅੰਦਰ ਆਵੇ ਜੀ ਕਮ ਗਾੜੀ ਫਾਈਲ ਡੁਪਲੀਕੇਟ ਹੀ ਡੋਗਰ ਮੋਟਰ ਦੀ ਅੰਦਰ ਆਵੇ ਜੀ ਗੱਲ ਤਾਂ ਸਫਾ ਸੁਥਰਾ ਕਾਰ ਕੀ ਤਾਂ ਸੜੇ ਸਫਾ ਸੁਥਰਾ ਸੜੇ ਦੇ ਔਰ ਰੋਕ ਕਾਰ ਦੇ ਚਿਕਮ ਕਿਉਂ ਪੁਖਤੂ ਨੂਰ ਅਜ਼ੀਜ਼ ਗਾੜ ਅਸਲੀ ਆਏ ਸਰ ਸਹੀ ਨੁਬਾਇਦਬਾਦ ਇਦਾਰਾ ਦਾ ਡੋਗਰ ਸ਼ਹਿਜ਼ਾਦਾ ਡੋਗਰ ਰੋਕ ਸੜੇ ਦੇ ਐਡਰੈਸ ਔਰ ਗ੍ਰੀਨ ਗਾਰਡਨ ਕੇ ਉੱਤੇ ਸ਼ੋਰੂਮ ਦੇ ਸ਼ਰਦਰਾਜ਼ੇ ਸ਼ਰਦਪੁਰ ਰੋਡ ਮਾਨੇ ਔਰ ਤੋ ਰੋਕ ਕਾਰ ਦੇ ਹਰ ਕਿਸਮ ਗਰੰਟੀ ਦਾ ਆਧਾਰ ਕਿਸਮ ਜ਼ਿੰਮੇਵਾਰੀ ਦਾ ਦਿੱਤੀ ਸੜੀ ਗਾੜੇ ਸਰ ਸੋ ਔਰ ਰੋਕ ਗਾੜੇ ਦੇ ਬੰਦ ਸਰ ਸਹੀ ਔਰ ਗਾੜੇ ਦੇ ਨਾਲ ਵੀ ਸੋ ਔਰ ਰੋਕ ਗਾੜੇ ਦੇ ਰੱਖਣਾ ਡੇਰਾ ਮਾਨ ਫੈਜ਼ਪੁਰ ਇੰਟਰਚੇਂਜ ਦੇ ਬਿਲਕੁਲ ਆਪੋਜ਼ਿਟ ਦੇ ਸ਼ੋ ਆਪਣਾ ਸੋਸਾਇਟੀ ਹੈ ਇਹਦੇ ਅੰਦਰ ਸਾਡਾ ਸ਼ੋਰੂਮ ਹੈ ਔਰ ਮਾਸ਼ਾਅੱਲਾ ਇੱਥੇ ਹਫ਼ਤੇ ਦੇ ਵਿੱਚ ਤਿੰਨ ਦਿਨ ਕਾਰ ਮੇਲਾ ਲਾਈਦਾ ਬੁੱਧ ਜੁਮਾ ਇਤਵਾਰ ਜਿਤਨੇ ਮੇਰੇ ਦੋਸਤ ਮਹਿਫਲ ਜਿਤਨੇ ਮੇਰੇ ਖਾਨ ਸਾਹਿਬ ਦੇ ਦੋਸਤ ਨੇ ਸਾਰੇ ਆਇਆ ਕਰੋ ਇਨਸ਼ਾਅੱਲਾ ਜਿਹੜਾ ਇੱਕ ਵਾਰੀ ਆਏਗਾ ਉਹ ਦੁਬਾਰਾ ਫਿਰ ਕਿਸੇ ਹੋਰ ਜੋਗਾ ਨਹੀਂ ਰਹੇਗਾ ਬੇਸ਼ੱਕ ਡੀਲ ਐਸੀ ਹੁੰਦੀ ਹੈ ਕੋਈ ਲੜਾਈ ਝਗੜਾ ਨਹੀਂ ਕੋਈ ਇਹ ਨਹੀਂ ਕਿ ਕਿਸੇ ਨਾਲ ਬਦਤਮੀਜ਼ੀ ਨਹੀਂ ਇੱਥੇ ਹੁੰਦੀ ਔਰ ਸਿੱਧਾ ਸਿੱਧਾ ਕੰਮ ਹੈ ਫਿਕਸ ਕਮਿਸ਼ਨ ਹੈ 12,000 ਰੁਪਇਆ ਵੇਚਣ ਵਾਲੇ ਨੇ ਦੇਣੀ ਹੈ 13,000 ਰੁਪਇਆ ਲੈਣ ਵਾਲੇ ਨੇ ਦੇਣੀ ਇਸ ਤੋਂ ਇਲਾਵਾ ਕੋਈ ਸਾਡੇ ਚਾਰਜਿਸ ਨਹੀਂ ਹੈਗੇ ਜਿਸ ਤਰ੍ਹਾਂ ਕਿ ਸ਼ੋਰੂਮਾਂ 'ਤੇ ਜਾਓ ਲੜਕਿਆਂ ਦੇ ਅਲੱਗਾ 1,000 ਰੁਪਇਆ ਦੇਣਾ ਪੈਂਦਾ ਫਲਾਣਾ ਚੀਜ਼ ਦਾ ਅਲੱਗਾ ਦੇਣਾ ਪੈਂਦਾ ਨਹੀਂ ਇਹਦੇ ਵਿੱਚ ਹੀ CIA ਦੇ ਵੀ ਪੈਸੇ ਨੇ ਇਹਦੇ ਵਿੱਚ ਹੀ ਜੇ ਡਾਕੂਮੈਂਟਸ ਅਸੀਂ ਕਲੀਅਰ ਕਰਵਾਉਂਦੇ ਹਾਂ ਐਕਸਾਈਜ਼ ਦੇ ਉਹਦੇ ਵੀ ਪੈਸੇ ਨੇ ਸਾਰਾ ਕੁਝ ਸ਼ਾਮਿਲ ਹੈ ਇਹਦੇ ਵਿੱਚ ਸਾਡੀ ਵੀ ਕਮਿਸ਼ਨ ਸ਼ਾਮਿਲ ਹੈ ਇਹਦੇ ਵਿੱਚ ਹੀ ਸਾਰੇ ਖਰਚੇ ਜਿਹੜੇ ਸ਼ਾਮਿਲ ਨੇ 25,000 ਰੁਪਏ ਦਾ ਵੀ ਟੋਟਲ ਕਮਿਸ਼ਨ ਹੁੰਦੀ ਹੈ ਦੋਨਾਂ ਸਾਈਡਾਂ ਦੀ ਔਰ ਇਸ ਤੋਂ ਇਲਾਵਾ ਗੱਡੀ ਭਾਵੇਂ 5 ਕਰੋੜ ਦੀ ਹੋਵੇ ਹੋਰ ਕੋਈ ਇਜ਼ਾਫੀ ਚਾਰਜਸ ਨਹੀਂ ਹੈਗੇ ਕਮਿਸ਼ਨ ਸਾਡੀ ਫਿਕਸ ਹੈ 12,000 ਰੁਪਇਆ ਵੇਚਣ ਵਾਲੇ ਦੇਣੀ 13,000 ਰੁਪਏ ਕਰਨੀ